ਪਤੇ ਆਪ ਜੀ ਨੂੰ ਪਤਾ ਹੀ ਆ ਕਿ ਕਰੋਨਾ ਵਾਇਰਸ ਜੋ ਕਿ ਸਾਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ, ਜੋ ਕਿ ਪਹਿਲਾਂ ਲੋਕਡਾਊਨ ਅਤੇ ਕਰਫਿਊ ਲੱਗਾ ਹੋਇਆ ਸੀ, ਉਸ ਤੋਂ ਬਾਅਦ ਜਿਹੜਾ ਕਰਫਿਊ ਰਾਤ ਦਾ ਕਰ ਦਿੱਤਾ ਗਿਆ, ਦਿਨ ਦਾ ਬੰਦ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਹਰੇਕ ਕੋਈ ਜਦੋਂ ਵੀ ਆਪਣੇ ਘਰੋਂ ਬਾਹਰ ਨਿਕਲੇਗਾ ਮਾਸਕ ਪਹਿਨੇਗਾ, ਜੋ ਮਾਸਕ ਨਹੀਂ ਪਹਿਨੇਗਾ ਉਹਨੂੰ ਪਹਿਲਾਂ ਵਧੀਆ ਜੁਰਮਾਨਾ ਸਰਕਾਰ ਨੇ ਕੀਤਾ, ਬਾਅਦ ਵਿੱਚ ਤਬਦੀਲੀ ਕਰਕੇ 500 ਰੁਪਈਆ ਕਰ ਦਿੱਤਾ। ਇਸ ਤਰ੍ਹਾਂ ਹੀ ਜਿਸਦਾ ਕਾਰ ਸਵਾਰ ਆ, ਕਾਰ ਵਿੱਚ ਸਰਕਾਰ ਨੇ 3 ਬੰਦੇ ਬੈਠਣੇ ਕਰ ਦਿੱਤੇ ਅਤੇ ਜੇ 3 ਬੰਦਿਆਂ ਤੋਂ ਵੱਧ ਆ ਤਾਂ ਉਸਦਾ ਵੱਖਰਾ ਚਲਾਨ ਆ। ਸੋਸ਼ਲ ਡਿਸਟੈਂਸ ਵੱਲ ਖਾਸ ਧਿਆਨ ਦਿੱਤਾ ਗਿਆ ਤਾਂ ਜੋ ਕਿ ਆਪਾਂ ਇਸ ਮਹਾਂਮਾਰੀ ਤੋਂ ਬਚਿਆ ਜਾਵੇ, ਜੋ ਇਸੇ ਦੇ ਨਾਲ ਹੀ ਹੁਣ ਆਪਣਾ ਜਿਹੜਾ ਵਾ 1 ਜੂਨ ਤੋਂ 7 ਜੂਨ ਤੱਕ ਘੱਲੂਘਾਰਾ ਹਫ਼ਤਾ ਵੀ ਮਨਾਇਆ ਜਾ ਰਿਹਾ, ਜਿਸ ਸੰਬੰਧ ਵਿੱਚ ਮਾੜੇ ਅਨਸਰਾਂ 'ਤੇ ਨਿਗਰਾਨੀ ਰੱਖਣ ਲਈ ਜੋ ਸਰਕਾਰ ਵੱਲੋਂ ਹਦਾਇਤਾਂ ਕੀਤੀਆਂ ਗਈਆਂ, ਜੋ ਇਹਨਾਂ ਦੋਵਾਂ ਚੀਜ਼ਾਂ ਦੇ ਮੱਦੇਨਜ਼ਰ ਅੱਜ ਇੱਥੇ ਮੌਤ ਸਾਹਿਬ ਅਤੇ ਹਵਾਈ ਅੱਡੇ 'ਤੇ ਸਪੈਸ਼ਲ ਨਾਕਾਬੰਦੀ ਅਫਸਰ ਅੰਬਾਲਾ ਦੀ ਹਦਾਇਤਾਂ 'ਤੇ ਕੀਤੀ ਗਈ ਆ, ਜੋ ਮਾਣਯੋਗ ਸ਼੍ਰੀ ਨਵਜੋਤ ਸਿੰਘ ਮਾਹਲ ਜੀ ਵੱਲੋਂ ਸਖ਼ਤ ਹਦਾਇਤਾਂ ਹੈ ਕਿ ਜਿਹੜੀ ਚੈਕਿੰਗ ਨੂੰ ਪ੍ਰੋਪਰ ਸਖ਼ਤੀ ਅਤੇ ਪੂਰੀ ਅਵੇਅਰਨੈਸ ਕੀਤਾ ਜਾਵੇ, ਜੋ ਉਹਨਾਂ ਦੇ ਹੁਕਮਾਂ ਅਤੇ ਮਾਣਯੋਗ ਸ਼੍ਰੀ ਦਵਿੰਦਰ ਕੁਮਾਰ ਅਤਰੀ ਉਪ ਪੁਲਿਸ ਪ੍ਰਧਾਨ ਫਿਲੌਰ ਜੀ ਦੇ ਆਦੇਸ਼ਾਂ ਦੇ ਮੁਤਾਬਕ ਮੈਂ ਖੁਦ ਇਹਨਾਂ ਨਾਕਿਆਂ ਨੂੰ ਚੈੱਕ ਕਰ ਰਿਹਾ ਅਤੇ ਇਹਨਾਂ ਦੀ ਜਿਹੜੀ ਨਿਗਰਾਨੀ ਕਰ ਰਿਹਾ ਅਤੇ ਖੁਦ ਵੀ ਚੈਕਿੰਗ ਵਿੱਚ ਹਿੱਸਾ ਲੈ ਰਿਹਾ। ਜੋ ਸਾਰਾ ਸਟਾਫ ਬੜੀ ਮੁਸਤੈਦੀ ਨਾਲ ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਕਰ ਰਿਹਾ ਅਤੇ ਲੋਕਾਂ ਦੇ ਜਿਨ੍ਹਾਂ ਪਾਸ ਪੇਪਰ ਨਹੀਂ ਜਾਂ ਮਾਸਕ ਨਹੀਂ ਉਹਨਾਂ ਨੂੰ ਮੌਕਾ 'ਤੇ ਚਲਾਨ ਕੀਤੇ ਜਾ ਰਹੇ ਆ ਅਤੇ ਨਗਦ ਜੁਰਮਾਨਾ ਕੀਤਾ ਜਾ ਰਿਹਾ। ਜੋ ਮੇਰੀ ਲੋਕਾਂ ਨੂੰ ਇਲਾਕਾ ਵਾਸੀਆਂ ਨੂੰ ਅਪੀਲ ਆ ਕਿ ਕੋਈ ਵੀ ਵਿਅਕਤੀ ਜਦੋਂ ਆਪਣੇ ਘਰੋਂ ਨਿਕਲੇ ਉਹ ਸੋਸ਼ਲ ਡਿਸਟੈਂਸ ਦਾ ਪੂਰਾ ਖਿਆਲ ਰੱਖੇ ਅਤੇ ਸੈਕਿੰਡ ਆਪਣੇ ਮੂੰਹ 'ਤੇ ਮਾਸਕ ਪਹਿਨ ਕੇ ਰੱਖੇ, ਕਿਉਂਕਿ ਜੋ ਪਹਿਲੀ ਵਾਰੀ ਤਾਂ 500 ਰੁਪਈਆ ਜੁਰਮਾਨਾ, ਸੈਕਿੰਡ ਦੁਬਾਰਾ ਉਹੀ ਵਿਅਕਤੀ ਕਾਬੂ ਆ ਜਾਂਦਾ ਬਿਨਾਂ ਮਾਸਕ 'ਤੇ ਅਤੇ 5000 ਜੁਰਮਾਨਾ, ਜੋ ਇਸ ਯੁੱਗ ਵਿੱਚ ਭਰਨਾ ਬਹੁਤ ਔਖਾ, ਕਿਉਂਕਿ ਜੁਰਮਾਨਾ ਕੋਈ ਵਿਧੀ ਨਹੀਂ, ਇਹ ਤਾਂ ਸਿਰਫ ਸਰਕਾਰ ਨੇ ਲੋਕਾਂ ਨੂੰ ਸਮਝਾਉਣ ਲਈ ਇੱਕ ਉਪਰਾਲਾ ਕੀਤਾ ਵਾ ਤਾਂ ਜੋ ਕਿ ਲੋਕ ਇਸ ਵੱਲ ਤਵੱਜਾ ਦੇਣ। ਇਸ ਕਰਕੇ ਮੇਰੀ ਫਿਰ ਦੁਬਾਰਾ ਅਪੀਲ ਆ ਕਿ ਜਦੋਂ ਵੀ ਘਰੋਂ ਨਿਕਲਦੇ ਹਾਂ ਸੋਸ਼ਲ ਡਿਸਟੈਂਸ ਅਤੇ ਮਾਸਕ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਅਤੇ ਜਿਸ ਤਰ੍ਹਾਂ ਜਿਸ ਦੇ ਨਾਲ ਆਪਾਂ ਆਪਣੇ ਇਸ ਬਿਮਾਰੀ 'ਤੇ ਜਿੱਤ ਪਾ ਸਕੀਏ। ਧੰਨਵਾਦ।